ਪਰ ਜਿਹੜੇ ਹੁੰਦੇ ਨਾ ਮੇਰੇ ਯਾਰ, ਜਿੱਦਾਂ ਮੈਂ ਸੀਗਾ ਇਕੱਲਾ, ਜਿਹੜੇ ਇਕੱਲੇ ਕਹਿ ਰਹੇ ਹੁੰਦੇ ਆ ਉਹ ਯਾਰ ਨਾ ਕਰਦੇ ਨਹੀਂ ਹੈਗੇ, ਜਾਂ ਕਰਦੇ ਕੋਈ ਨਹੀਂ, ਜੇ ਕਰਦੇ ਤਾਂ ਐਸੇ ਫਸਦੇ ਆ ਨਾ, 20 CC ਜਦੋਂ ਭਰਿਆ ਹੋਇਆ ਲਾ ਦੇ ਫਿਰ ਦੇਖ ਲੈ ਵੀ ਬਾਕੀ ਨਿਆਣਾ ਦਾ ਤੇ ਦੋ ਘਰ ਵਾਲੀਆਂ, ਫਿਰ ਤੂੰ ਸੰਭਾਲ ਲੈ। ਮੈਂ MBBS ਦੀ ਡਾਕਟਰੀ ਹੋ ਰਹੀ ਆ, ਟੀਕਾ ਲਵਾਉਣਾ ਹੋਵੇ ਬੰਦਿਆਂ ਦੇ ਡੰਗਰਾਂ ਦੇ ਕਿਸੇ ਸ਼ਾਇਦ ਜਲਦੀ ਇੱਕ ਦਿਨ ਅੱਗੇ ਕਰਕੇ ਦੇ ਕੇ ਖਾਧੀ ਕੀ ਕਰਨਾ ਵਾ, ਚੋਈ ਥੱਲੇ ਨੀ, ਚੋਈ ਥੱਲੇ ਕਿੱਥੇ ਦੇਣੀ ਹੈ ਥੱਲੇ, ਲੋਨ ਲਵਾਤਾ ਸਾਰਾ। ਅਸਲਾਮ ਅਲੈਕੁਮ, ਕੀ ਹਾਲ ਆ ਮੇਰੇ ਵੀਰਾਂ ਦਾ, ਉਮੀਦ ਕਰਦੇ ਹਾਂ ਸਾਰੇ ਵਧੀਆ ਹੋ ਗਏ। ਸਟਾਰਟ ਕਰਦੇ ਹਾਂ ਅੱਜ ਦਾ ਨਵਾਂ ਵਲਾਗ। ਸਵੇਰੇ ਸਵੇਰੇ ਨਾ ਪੰਜ ਫਾਲੀ ਚੱਕਣੀ ਪੈ ਗਈ, ਉਹਦੇ ਥੱਲੇ ਨਾ ਇੱਟਾਂ ਦੇਣੀਆਂ ਸੀਗੀਆਂ, ਉਹਨੂੰ ਧੋਣਾ, ਧੋ ਕੇ ਨਾ ਰੰਗ ਕਰਨਾ। ਰੋਜ਼ ਰਾਤ ਨੂੰ ਨਾ ਸੋਚ ਕੇ ਸੋਚਦਾ ਵੀ ਨਾ ਹੁਣ ਸਵੇਰੇ ਕੰਮ ਥੋੜ੍ਹਾ ਹੋਏਗਾ ਅਤੇ ਸਵੇਰੇ ਨਾ ਥੋੜ੍ਹਾ ਰੈਸਟ ਕਰਾਂਗੇ। ਜੋ ਸਵੇਰੇ ਉੱਠੀ ਦਾ ਨਾ ਤਾਂ ਕੰਮ ਸਾਰੇ ਨਾ ਉੱਦਾਂ ਦੇ ਉੱਦਾਂ ਹੀ ਖੜ੍ਹੇ ਹੁੰਦੇ ਆ, ਜਿੱਦਾਂ ਜੂਜ ਮਜੂਜ ਦੀ ਕੌਮ ਨਹੀਂ, ਦੀਵਾਰ ਚੱਟਦੇ ਰਹਿੰਦੇ ਚੱਟਦੇ ਰਹਿੰਦੇ ਆ। ਸਾਨੂੰ ਤਾਂ ਲੱਗਦਾ ਵੀ ਨਾ ਉਹ ਜੂਜ ਮਜੂਜ ਦੀ ਕੌਮ ਵਾਲਾ ਤਾਂ ਸਾਰਾ ਨਾ ਗੱਲਬਾਤ ਹੀ ਲੱਗਦੀ ਆ, ਅਤੇ ਕੰਮ ਜਿਹੜਾ ਨਾ ਅਸਲ ਉਹ ਇਹੀ ਆ ਵੀ ਰੋਜ਼ ਸ਼ਾਮ ਨੂੰ ਉਹਨਾਂ ਨੇੜੇ ਲਾਈਦਾ ਕੰਮ ਵੀ ਨਾ, ਕੰਮ ਹੁਣ ਵੀ ਨੇੜੇ ਲੱਗ ਗਿਆ ਥੋੜ੍ਹਾ ਰਹਿ ਗਿਆ। ਜੋ ਸਵੇਰੇ ਉੱਠੀ ਦਾ ਤਾਂ ਕੰਮ ਦਾ ਪਹਾੜ ਨਾ ਉੱਦਾਂ ਤਾਂ ਉੱਦਾਂ ਹੀ ਖੜ੍ਹਾ ਹੁੰਦਾ। ਬੈਠੇ ਹੁਣ ਅਸੀਂ ਨਾਸ਼ਤਾ ਕਰਨ ਵਾਸਤੇ, ਨਾਸ਼ਤਾ ਕਰਦੇ ਹਾਂ, ਨਾਸ਼ਤਾ ਕਰਕੇ ਨਾ ਤਾਂ ਕੰਮ ਸ਼ੁਰੂ ਕਰਦੇ ਹਾਂ ਆਪਣਾ। ਮੁਹੰਮਦ ਅਤੇ ਹਾਦੀ ਨਾਸ਼ਤਾ ਕਰਦੇ ਪਏ ਆ ਅਤੇ ਲੜ ਵੀ ਪਏ ਸਵੇਰੇ ਸਵੇਰੇ। ਕਿਉਂ ਲੜਿਆ ਏ? ਬਸ ਜੀ ਮੈਂ ਖਾ ਲਈ, ਮੈਂ ਥੋੜ੍ਹੀ ਛੱਡੀ, ਮੈਂ ਕਿਹਾ ਤੂੰ ਖਾ ਲੈ ਚੱਲ, ਇਹਨੇ ਮੇਰਾ ਮੁੱਕਾ ਮਾਰਿਆ। ਹੈ ਮੁਹੰਮਦ, ਹੈਂ ਮਾਰਿਆ ਕਰ ਛਾ। ਮੈਂ ਸੁਣਾ, ਤੇਰੇ ਵਾਲੀ ਮੌਜ ਤਾਂ ਕੋਈ ਨਹੀਂ ਹੈਗੀ ਪਰ ਗੁਜ਼ਾਰਾ ਹੈ। ਮੇਰੇ ਵਾਲੀ ਮੌਜ ਨਾ ਲਈ, ਮੈਂ ਰਲੇ ਹਾਂ ਲੇਬਰ ਵਿੱਚ ਅਤੇ ਅੱਜ ਗਿਆ ਨਹੀਂ ਲੇਬਰ 'ਚ ਨਾ, ਮੈਂ ਪੁੱਛਿਆ ਮੈਂ ਗਿਆ ਨਹੀਂ, ਕਹਿੰਦਾ ਅੱਜ ਭਰਾ ਨੂੰ ਭੇਜਿਆ। ਜਿਹਨਾਂ ਦੇ ਹੁੰਦੇ ਨਾ ਦੋ ਤਿੰਨ ਭਰਾ ਹੁੰਦੇ ਆ ਲੇਬਰ 'ਚ ਰਲਦਾ ਇੱਕ ਬੰਦਾ, ਅਤੇ ਉਹ ਫਿਰ ਨਾ ਦੂਜਾ ਬੰਦਾ ਨਾ ਉਹਦੀ ਸਾਈ ਕਢਾ ਦਿੰਦਾ,
ਪਰ ਜਿਹੜੇ ਹੁੰਦੇ ਨਾ ਮੇਰੇ ਯਾਰ, ਜਿੱਦਾਂ ਮੈਂ ਸੀਗਾ ਇਕੱਲਾ, ਜਿਹੜੇ ਇਕੱਲੇ ਕਹਿ ਰਹੇ ਹੁੰਦੇ ਆ ਉਹ ਜਾਂ ਨਾ ਕਰਦੇ ਹੀ ਨਹੀਂ ਹੈਗੇ, ਜਾਂ ਕਰਦੇ ਕੋਈ ਨਹੀਂ, ਜੇ ਕਰਦੇ ਤਾਂ ਐਸੇ ਫਸਦੇ ਆ ਨਾ, ਜਦੋਂ ਤੱਕ ਫਿਰ ਲੇਬਰ ਖਤਮ ਨਹੀਂ ਹੁੰਦੀ ਨਾ ਉਹਨਾਂ ਨੂੰ ਬਰਾਬਰ ਪ੍ਰੋਪਰ ਕੰਮ ਕਰਨਾ ਪੈਂਦਾ ਸਾਰਾ। ਹਾਂ ਹੁਣ ਤੁਹਾਡੇ ਲੇਬਰ 'ਚ ਹੈਗੇ ਮੁੰਡੇ ਇੱਦਾਂ ਦੇ? ਹੈਗੇ ਆ। ਹਾਂ ਰਸ਼ਦ ਅਤੇ ਰਾਣਾ ਤਾਰਕ ਆ। ਰਾਣਾ ਤਾਰਕ ਆ, ਹੋਰ ਸਾਰੇ ਆ, ਸਾਰੇ ਆ, ਇੱਕ ਦੋ ਹੀ ਆ ਬਸ, ਪੰਜ ਛੇ ਮੁੰਡੇ ਹੋਣੇ ਇੱਦਾਂ ਦੇ ਮੈਂ ਕਹਾਂ। ਹਾਂ ਜਿਹੜੇ ਇਕੱਲੇ ਦੋ ਹੀ ਆ ਬਸ। ਹੋਰ ਠੀਕ ਆ? ਹਾਂ ਸ਼ੁਕਰ ਅੱਲਾ। ਕਿੰਨਾ ਕੰਮ ਰਹਿ ਗਿਆ ਪਿੱਛੇ? ਬੜਾ ਕੰਮ ਪਿਆ। ਅੱਛਾ ਕੰਮ ਨਾ ਕੁਛ, ਪੂਰੇ 10-15 ਦਿਨ ਦਾ ਕੰਮ ਆ, 10 ਦਿਨ ਦਾ ਤਾਂ ਪੱਕਾ। ਤੈਨੂੰ ਗੱਡੀ ਨਾ ਕਰਾ ਦਵਾਂ ਮੈਂ? ਤੈਨੂੰ ਗੱਡੀ ਨਾ ਕਰਾ ਦਵਾਂ? ਚੱਲੀਏ ਤੁਰੇ ਚੱਲਦੇ ਹਾਂ। ਠੀਕ ਹੈ ਫਿਰ ਤੂੰ ਜਾ। ਆ ਮੁੰਨੇ ਭਾਈ ਜਰਾ ਮਿਹਰਬਾਨੀ ਕਰੇ ਯਾਰ, ਸੋਚ ਬਣੀ ਸੀ ਥੱਲੇ ਚੰਗੀ ਭਲੀ। ਸੁਬਾ ਨਾ ਇਹਨੂੰ ਸੁਬਾ ਸੁਬਾ ਫਸਟ ਟਾਈਮ 5-6 ਜਿਹੜਾ ਬਟਲੇ ਕੋਟ ਤੁੰਮਿਆਂ ਦੀਆਂ, ਉਹ ਬਰੀਕ ਬਰੀਕ ਕਰਕੇ ਨਾ ਕੱਟ ਲੈਣੀਆਂ, ਉਹ ਆਟੇ ਵਿੱਚ ਮਸਕੇ ਨਾ, ਤੇ ਇਹਨੂੰ ਖਵਾ ਦੇ ਉਹ ਮੋਠੇ ਇੱਕ। ਅੱਛਾ ਹਾਂ ਠੀਕ, ਕੱਲ ਨੂੰ ਦੇ ਦੇ ਇੱਕ ਪਰਸ, ਦੇ ਕਾਲੀ ਮਿਰਚਾਂ ਵੀ ਦੇ, ਕਾਲੀ ਮਿਰਚ ਦੇ ਦੇ ਥੋੜੀ ਬਹੁਤੀ, ਬਾਕੀ ਟਿੱਕਾ ਲੱਗੇ ਇਨਸ਼ਾਅੱਲਾ ਸੈੱਟ ਹੋ ਜਾਏਗਾ। ਅੱਛਾ ਉੱਲੇ ਛੱਡ ਦਈਏ ਇੱਧਰ। ਹੈਂ ਇੱਧਰ ਲਈ, ਕਿੱਥੇ ਲੱਗ ਜਾਏਗਾ ਟਿੱਕਾ ਤੇ? ਇਧਰ ਆਓ ਸੇ ਭਾਈ ਜੀ, ਆਪ ਜੇ ਤੁਮ ਜੇ ਪਕੋ ਐਸੇ, ਚਲੋ ਐਸੇ ਛੋਟੇ ਹੁੰਦੇ ਟੀਕਾ ਲਵਾਉਣਾ ਹੋਵੇ ਬੰਦਿਆਂ ਦੇ, ਡੰਗਰਾਂ ਦੇ, ਕਿਸੇ ਸ਼ਾਇਦ ਟੀਕਾ ਤਾਂ ਦੂਸਰਾ ਵੀ ਲਿਆਂਦਾ ਫਿਰ ਕਿਹੜਾ ਉਹਨੇ ਰੱਖ ਲਿਆ, ਕਹਿੰਦਾ ਹੋਰ ਲਵਾਉਣਾ ਪੈਣਾ ਦੂਜਾ ਕਿਹੜਾ? ਇਹਦੀ ਇਹੀ ਹੈ, ਉਹਨੇ ਥੋੜ੍ਹਾ ਨਾ ਜਿੱਦਾਂ ਕਹਿੰਦਾ 3 ਤਾਂ ਕਰ ਗਏ ਨਾ, 3 ਖੁਰਾਕ। ਇਹ ਵੀ ਅੱਛਾ, ਇਹਦੇ ਸਮੇਤ 1000 ਰੁਪਏ ਲੱਗੇ। ਹਾਂ ਠੀਕ ਆ, ਕੋਈ ਨਹੀਂ ਯਾਰ, ਡੰਗਰ ਨਾਲ ਚੰਗਾ ਨਹੀਂ, ਡੰਗਰ ਨਾਲ ਚੰਗਾ ਨਹੀਂ, ਕਿਤੇ ਹੀ ਇਹ ਬਾਅਦ 'ਚ ਜਦੋਂ ਬੰਦਾ ਸ਼ਾਇਦ ਚੱਲ ਜਾਂਦੀ ਨਾ, ਫਿਰ ਅਹਿਸਾਸ ਹੁੰਦਾ ਬੰਦੇ ਨੂੰ। ਜਿਹੜਾ ਅਸੀਂ ਸਵੇਰੇ ਪਲਾਨ ਬਣਾਇਆ ਸੀ ਨਾ ਵੀ ਅੱਜ ਦਿਨੇ ਨਾ ਅਸੀਂ ਆਹ ਕੰਮ ਜਿਹੜਾ ਲਾਜ਼ਮੀ ਕਰਨਾ, ਉਹ ਪਲਾਨ ਸਾਡਾ ਨਾ ਦਿਨੇ ਅੱਜ ਹਵਾ ਨੇ ਖਰਾਬ ਕਰਤਾ। 5 ਫਾੜੇ ਅਸੀਂ ਧੋਤੀ ਆ, ਉਦੋਂ ਹਵਾ ਚੱਲਦੀ ਪਈ ਸੀ, ਮੈਂ ਕਿਹਾ ਚੱਲ ਸ਼ਾਇਦ ਥੋੜ੍ਹੀ ਦੇਰ ਤੱਕ ਰੁਕ ਜਾਏਗੀ, ਪਰ ਹਵਾ ਥੋੜ੍ਹੀ ਥੋੜ੍ਹੀ ਨਾ ਤੇਜ਼ ਹੁੰਦੀ ਗਈ, ਉਹਦੇ ਨਾਲ ਨਾ ਫਿਰ ਮਿੱਟੀ ਉੱਡਦੀ ਸੀ, ਰੰਗ ਕਰਨੀ ਸੀ ਹੋਣਾ, ਰੰਗ ਜਿਹੜਾ ਸਾਡਾ ਨਾ ਉਹ ਰਹਿ ਗਿਆ ਵਿੱਚ ਹੀ ਅੱਜ। ਬਾਕੀ 5 ਫਾੜੇ ਧੋਤੀ ਪਈ ਆ, ਜੇ ਸਵੇਰੇ ਮੌਸਮ ਠੀਕ ਹੋਇਆ ਤਾਂ ਸਵੇਰੇ ਨਾ ਇਨਸ਼ਾਅੱਲਾ ਰੰਗ ਮਾਰ ਦਾਂਗੇ ਫਿਰ ਉੱਤੇ। ਬਾਕੀ ਸਾਡਾ ਜਿਹੜਾ ਦਿਨ ਆ ਨਾ ਤਕਰੀਬਨ ਸਾਰਾ ਜਿਹੜਾ ਨਾ ਦੁਕਾਨ 'ਤੇ ਲੰਘ ਗਿਆ, ਅਤੇ ਬੜਾ ਮਸਰੂਫ ਲੰਘਿਆ ਸਾਡਾ। ਅੱਜ ਦਾ ਵਲੋਗ ਇੰਨਾ ਹੀ ਸੀਗਾ, ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਏਗਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।